ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇੱਕ ਨਵੇਂ ਉਪਰਾਲੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਹੁਣ ਗੁਰੂ ਸਾਹਿਬਾਨ ਅਤੇ ਗੁਰੂ ਘਰਾਂ ਦੇ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਟ੍ਰੇਨਿੰਗ ਦੇਣ ਦਾ ਪ੍ਰਬੰਧ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਇਸ ਦੇ ਚੱਲਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ 'ਚੋਂ ਆਉਣ ਵਾਲੀਆਂ ਸੰਗਤਾਂ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿੱਚ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੁਲਾਜ਼ਮ ਪਾਸੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਲੈ ਸਕਣਗੇ। ਬੀਤੇ ਕਈ ਸਮੇਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਕਿ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਮੌਕੇ ਇਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ। ਇਸ ਨੂੰ ਅਮਲ ਵਿੱਚ ਲਿਆਉਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੈਨੇਜਰ ਪ੍ਰਕਰਮਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਪ੍ਰਕਰਮਾ ਵਿੱਚ ਤਾਇਨਾਤ ਹਰ ਮੁਲਾਜ਼ਮ ਨੂੰ ਗੁਰੂ ਘਰ ਦੇ ਇਤਿਹਾਸ ਅਤੇ ਸੰਪੂਰਨ ਜਾਣਕਾਰੀ ਸੰਬੰਧੀ ਪੂਰੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਸੰਗਤਾਂ ਦੇ ਪੁੱਛਣ 'ਤੇ ਉਹ ਉਹਨਾਂ ਨੂੰ ਗੁਰੂ ਘਰ ਦੇ ਇਤਿਹਾਸ ਬਾਰੇ ਰੂਬਰੂ ਕਰਵਾ ਸਕਣ ਅਤੇ ਇਸ ਸੰਬੰਧੀ ਹਰ ਇੱਕ ਮੁਲਾਜ਼ਮ ਨੂੰ 15 ਦਿਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਬਾਅਦ ਵਿੱਚ ਟੈਸਟ ਵੀ ਲਿਆ ਜਾਵੇਗਾ ਅਤੇ ਜੋ ਮੁਲਾਜ਼ਮ ਇਸ ਟੈਸਟ ਦੇ ਟ੍ਰੇਨਿੰਗ ਵਿੱਚ ਚੰਗੇ ਅੰਕ ਲੈਂਦੇ ਨੇ ਉਹਨਾਂ ਦੀ ਹੌਸਲਾ ਅਫਜਾਈ ਸਦਕਾ ਸ਼੍ਰੋਮਣੀ ਕਮੇਟੀ ਉਹਨਾਂ ਦਾ ਸਨਮਾਨ ਵੀ ਕਰੇਗੀ। ਹੱਥ ਲਾਇਓ ਵੱਡਾ ਅਹੁਦ ਗੁਰਦਾਸ ਬਣਾਇਓ। ਉਹਨਾਂ ਨੇ ਕਿਹਾ ਜੀ ਕਿਸੇ ਰਾਜ ਮਿਸਤਰੀ ਨੇ ਜਾਂ ਕਿਸੇ ਹੋਰ ਨੇ ਇੱਥੇ ਕਿਸੇ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਹੀਂ ਕੀਤੀ, ਬਾਬਾ ਬੁੱਢਾ ਜੀ ਦੇ ਭਾਈ ਗੁਰਦਾਸ ਜੀ ਦੇ ਹੱਥੋਂ ਇਹ ਸਿਰਜਣਾ ਹੋਈ ਹੈ 1,25,000 ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਹੈ ਜਦੋਂ ਅਕਾਲ ਤਖਤ ਸਾਹਿਬ ਦੀ ਰਚਨਾ ਹੁੰਦੀ ਹੈ, ਗੁਰੂ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ, ਸਾਨੂੰ ਸਮਝਣਾ ਪਏਗਾ ਮੀਰੀ ਕੀ ਹੈ ਅਤੇ ਪੀਰੀ ਕੀ ਹੈ, ਭਗਤੀ ਅਤੇ ਸ਼ਕਤੀ ਇਹ ਵੀ ਕਹਿ ਸਕਦੇ ਹਾਂ। ਤਾਂ ਸਭ ਤੋਂ ਕਿਉਂਕਿ ਢਾਡੀ ਪ੍ਰਥਾ ਵੀ ਆਪਾਂ ਸੁਣਦੇ ਹਾਂ ਜੀ, ਢਾਡੀ ਕਦੋਂ ਤੋਂ ਸ਼ੁਰੂ ਹੋਈ ਹੈ ਨਾ, ਕਈ ਵਾਰੀ ਢਾਡੀ ਜਿਹੜੇ ਛੇਵੇਂ ਪਾਤਸ਼ਾਹ ਨੇ ਸ਼ੁਰੂਆਤ ਕਰਵਾਈ ਸੀ ਸਭ ਤੋਂ ਪਹਿਲੇ, ਅਤੇ ਸਭ ਤੋਂ ਪਹਿਲੇ ਢਾਡੀਆਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਦਾ। ਢਾਡੀ ਭਾਈ ਨੱਥ ਜੀ ਅਤੇ ਢਾਡੀ ਸੀਗੇ ਅਬਦੁੱਲ ਜੀ, ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਬਾਬਾ ਬੁੱਢਾ ਜੀ ਨੂੰ ਹਰ ਪਿੰਡ ਪਹੁੰਚਾ ਕਰਨਾ, ਇਹ ਨਾ ਹੋਏ ਤੁਸੀਂ ਕੋਈ ਆਪਣਾ ਨੁਕਸਾਨ ਨਾ ਕਰਵਾਇਓ ਨਾ ਸਾਨੂੰ, ਹਰ ਘੰਟੇ ਬਾਅਦ ਡਿਊਟੀ ਆ, ਉਹ ਸਿਵਲ ਵਾਲਾ ਡਿਊਟੀ ਆ, ਉਹ ਤੁਹਾਨੂੰ ਹਰ ਘੰਟੇ ਬਾਅਦ ਚੈੱਕ ਕਰੀ ਜਾਣਾ, ਉਹ ਹੈ ਦੋ ਦਿਨ ਬੜਾ ਬੜੇ ਜ਼ਰੂਰੀ ਨੇ ਬੜੇ ਤੁਹਾਨੂੰ ਮੈਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ, ਅਸੀਂ ਲਿਖੇ ਬਾਬਾ ਬੁੱਢਾ ਸਾਹਿਬ ਦੀ ਵੇਖ ਦਾ ਤੁਸੀਂ ਘਰ ਦਾ ਹੌਲਾ ਚ ਵੇਖ ਦਾ ਜੇ ਮੈਂ ਉਹ ਥੋੜ੍ਹਾ ਮੈਨੂੰ ਅੱਜ ਗੱਲ ਨਹੀਂ ਚੰਗੀ ਲੱਗੀ, ਮੈਂ ਤਾਂ ਸਲੋਲੀ ਸਲੋਲੀ ਚੱਲਾਂਗਾ ਆਪਾਂ, ਇੰਨੀ ਨਹੀਂ ਐਵੇਂ ਉਹ ਵੀ ਮੈਂ ਦੱਸ ਦਿੰਦਾ ਕਿਉਂਕਿ ਸਵੇਰੇ ਵੀ ਸਵੇਰਾਂ ਨੇ ਸੁਣੀ ਹੋਣੀ ਮੁੰਡਿਆਂ ਨੇ, ਤੇ ਉਹਨਾਂ ਨੇ ਜਿਹੜੀ ਪਹਿਲੀ ਵਾਰ ਵੀ ਗਾਈ ਸੀ ਉਹ ਬੜੀ ਸੁਣਨ, ਇੱਕ ਅਗਮਤ ਤੇ ਰਾਜ ਦੀ ਇੱਕ ਰਾਖੀ ਕਰੇ ਫਕੀਰ ਦੀ, ਹਿੰਮਤ ਬਾਹਾ ਕੋਟਗੜ ਦਰਵਾਜ਼ਾ ਬਲ, ਇਹ ਵਾਰ ਪਹਿਲੀ ਜਿਹੜੀ ਇੱਥੇ ਗਾਈ ਗਈ ਸੀ ਉਸ ਟਾਈਮ ਤੇ ਛੇਵੇਂ ਪਾਤਸ਼ਾਹ ਜਿਹੜੇ ਇੱਥੇ ਬਹਿੰਦੇ ਸਨ ਉਹਦਾ ਇੱਕ ਮਤਲਬ ਸੀ, ਕਿਉਂਕਿ ਇੱਕ ਰੈਸਟ ਦੇ ਦਾਂਗੇ ਆਪਾਂ, ਠੀਕ ਆ, ਜਿੰਨੇ ਕੁ ਬੰਦੇ ਆਪਾਂ ਨੂੰ ਲੋੜ ਹੋਣੇ ਲੈ ਲਾਂਗੇ ਆਪਾਂ, ਤੇ ਸੀ ਛੋਟਾ ਵੀਹ ਦੀ ਲੱਗ ਗਿਆ, ਰੁਪਏ ਲੱਗ ਗਿਆ ਸੀ ਛੋਟੇ ਕਰੀ 5000 ਰੁਪਏ ਜਾ ਅੱਜ ਕਿੰਨੇ ਪ੍ਰਾਈਵੇਟ ਕਰਾ ਜਿਹੜੀ ਤੁਸੀਂ ਸੇਵਾਦਾਰ ਪ੍ਰਕਰਮਾਂ ਦੇ ਸਾਰੇ ਸੇਵਾਦਾਰਾਂ ਨਾਲ ਮੀਟਿੰਗ ਕੀਤੀ, ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਪ੍ਰਧਾਨ ਬਣੇ ਨੇ, ਔਰ ਸਮੁੱਚੀ ਐਗਜ਼ੈਕਟਿਵ ਕਮੇਟੀ ਵੱਲੋਂ ਸਾਨੂੰ ਇਹ ਆਦੇਸ਼ ਹੋਇਆ ਸੀ ਕਿ ਜੋ ਪ੍ਰਕਰਮਾਂ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਨੇ, ਚਾਹੇ ਉਹ ਕਿਸੇ ਵੀ ਪੋਸਟ 'ਤੇ ਕੰਮ ਕਰਦੇ, ਚਾਹੇ ਮੈਨੇਜਰ ਹੈ, ਚਾਹੇ ਸੁਪਰਵਾਈਜ਼ਰ ਹੈ, ਚਾਹੇ ਸੇਵਾਦਾਰ ਹੈ, ਚਾਹੇ ਇਨਫੋਰਮੇਸ਼ਨ ਗਾਈਡ ਹੈ, ਉਹ ਸਾਰਿਆਂ ਨੂੰ ਜਿਹੜਾ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਜਿੰਨੇ ਵੀ ਸਥਾਨ ਨੇ ਉਹਨਾਂ ਦੇ ਬਾਰੇ ਇਤਿਹਾਸ ਬਾਰੇ ਜ਼ਰੂਰ ਜਾਣੂ ਹੋਣਾ ਚਾਹੀਦਾ, ਤਾਂ ਜੋ ਜੋ ਕੋਈ ਯਾਤਰੀ ਬਾਹਰੋਂ ਦੂਜੀਆਂ ਸਟੇਟਾਂ ਵਿੱਚ ਆਉਂਦੇ ਨੇ ਜਾਂ ਫੋਰਨ 'ਚ ਆਉਂਦੇ ਨੇ, ਉਹਨਾਂ ਨੂੰ ਕਈ ਵਾਰੀ ਇਤਿਹਾਸ ਦਾ ਨਹੀਂ ਪਤਾ ਹੁੰਦਾ, ਉਹ ਸਾਡੇ ਸੇਵਾਦਾਰਾਂ ਕੋਲੋਂ ਪੁੱਛਦੇ ਨੇ, ਤੋ ਇਸ ਕਰਕੇ ਇਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਕਲਾਸਾਂ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਲਗਾਈਆਂ ਜਾ ਰਹੀਆਂ। ਤਕਰੀਬਨ ਪਿਛਲੇ 10 ਦਿਨ ਤੋਂ ਸਾਡੇ ਇਨਫੋਰਮੇਸ਼ਨ ਗਾਈਡ ਸਰ ਰਮਦੀਪ ਸਿੰਘ, ਸਰ ਹਰਪੀਰ ਸਿੰਘ, ਸਾਡੇ ਮਾਨਯੋਗ ਮੇਜਰ ਸਾਹਿਬ ਮੁਕਤਾਰ ਸਿੰਘ ਜੀ, ਸਰ ਸ਼ਾਹ ਸਿੰਘ, ਸਾਰਿਆਂ ਵੱਲੋਂ ਰਲ ਕੇ ਜਿਹੜੀਆਂ ਇਹਨਾਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ, ਔਰ ਮੈਂ ਬੜੇ ਮਾਣ ਅਤੇ ਮਾਣ ਨਾਲ ਕਹਿ ਸਕਦਾ ਕਿ ਜੋ ਮੁੰਡੇ ਕਰਮਾ ਡਿਊਟੀ ਕਰਦੇ ਨੇ ਬੜੇ ਪਿਆਰ ਸਤਿਕਾਰ ਭਾਵਨਾ ਨਾਲ ਜੁੜੇ ਸਾਰਾ ਇਤਿਹਾਸ ਗ੍ਰਹਿਣ ਕਰ ਰਹੇ ਨੇ,
ਅਤੇ ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਜੋ ਵੀ ਜੋ ਸਿੱਖ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਜੋ ਇਤਿਹਾਸ ਇਹਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਇਹਨਾਂ ਨੂੰ ਬਕਾਇਦਾ ਅਸੀਂ ਜੋ ਨਿਸ਼ਚਿਤ ਤੌਰ 'ਤੇ ਇਹਨਾਂ ਦਾ ਟੈਸਟ ਲਿਆ ਜਾਏਗਾ ਅਤੇ ਜਿਹੜੇ ਮੁੰਡੇ ਲੱਗੇ ਨੰਬਰ ਲੈ ਕੇ ਟੈਸਟ ਪਾਸ ਕਰਨਗੇ ਵਿਧਾਨ ਸਾਹਿਬ ਵੱਲੋਂ ਇਹ ਵੀ ਆਦੇਸ਼ ਹੋਇਆ ਕਿ ਉਹਨਾਂ ਦਾ ਮਾਣ ਸਨਮਾਨ ਉਹਨਾਂ ਦੀ ਜੋ ਤਰੱਕੀ ਜੋ ਕੁਛ ਵੀ ਉਹਨਾਂ ਦਾ ਐਪਰੀਸ਼ੀਏਸ਼ਨ ਦੇ ਤੌਰ 'ਤੇ ਉਹਨਾਂ ਨੂੰ ਦਿੱਤਾ ਜਾਏਗਾ ਸੋ ਜੋ ਸਾਡਾ ਮਕਸਦ ਹੈ ਉਹ ਇਹਨਾਂ ਦੇ ਕਾਰ ਵਿਆਜ ਜੋ ਸਾਨੂੰ ਕਿ ਆਮ ਤੌਰ 'ਤੇ ਸਾਡੇ ਬਾਹਰੋਂ ਯਾਤਰੂ ਆਉਂਦੇ ਉਹ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਕਿ ਤੁਹਾਡੇ ਜਿਹੜੇ ਮੁਲਾਜ਼ਮ ਆ ਬੜੇ ਕਠੋਰ ਲਫ਼ਜ਼ਾਂ ਨਾਲ ਸਾਡੇ ਨਾਲ ਗੱਲ ਕਰਦੇ ਨੇ ਉਹ ਅਸੀਂ ਇਹਨਾਂ ਨੂੰ ਸਮਝਾਇਆ ਨਿਮਰਤਾ ਸਾਹਿਬ ਜਿਹੜੀ ਤੁਸੀਂ ਵਾਹਿਗੁਰੂ ਕਹਿ ਕੇ ਨਿਮਰਤਾ ਸਾਹਿਬ ਜੋ ਬਾਰੇ ਬਾਹਰਵਾਈ ਯਾਤਰੂ ਨੂੰ ਅਟੈਂਡ ਕਰਨਾ ਬੜੇ ਪਿਆਰ ਸਤਿਕਾਰ ਨਾਲ ਪੇਸ਼ ਆਉਣਾ ਉਹ ਇਹਨਾਂ ਨੇ ਬਹੁਤ ਵਧੀਆ ਸਾਨੂੰ ਰਿਸਪੋਂਸ ਮਿਲ ਰਿਹਾ ਸਾਨੂੰ ਆਸ ਹੈ ਕਿ ਅੱਗੋਂ ਵੀ ਜੋ ਅਸੀਂ ਇਹਨਾਂ ਨੂੰ ਜੋ ਜਿਹੜਾ ਇਤਿਹਾਸ ਸੀ ਕੌਮ ਦਾ ਇਤਿਹਾਸ ਸਮਝਾ ਰਹੇ ਹਾਂ ਉਹਦੇ ਜੋ ਇਹਨਾਂ ਦੇ ਲੋਕਾਂ ਨੂੰ ਜੋ ਸੰਗਤਾਂ ਜੋ ਇਹਨਾਂ ਪੁੱਛਣਗੀਆਂ ਉਹ ਚੰਗੇ ਤਰੀਕੇ ਨਾਲ ਉਹਨਾਂ ਨੂੰ ਸਮਝਾ ਸਕਣਗੇ ਅਤੇ ਜੋ ਸ਼੍ਰੋਮਣੀ ਕਮੇਟੀ ਦਾ ਜੋ ਮਾਣ ਹੈ ਉਹ ਉਹਨਾਂ ਦਾ ਸਭ ਉੱਚਾ ਹੋਏ ਇਹ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਦੁਆਰਿਆਂ ਨੂੰ ਦੱਸਿਆ ਜਾਏਗਾ ਕਿ ਬਾਕੀ ਬਾਹਰਲੇ ਗੁਰਦੁਆਰਿਆਂ ਬਾਰੇ ਵੀ ਜਾਣ ਵਿਧਾਨ ਸਾਹਿਬ ਵੱਲੋਂ ਬਾਹਰਲੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਦੀ ਵੀ ਡਿਊਟੀਆਂ ਲਗਾਈਆਂ ਗਈਆਂ ਨੇ ਉਹ ਵੀ ਆਪਣੇ ਜਿਹੜੇ ਨੇ ਸੰਬੰਧਿਤ ਗੁਰਦੁਆਰਾ ਸਾਹਿਬਾਨਾਂ ਵਿੱਚ ਉਹਨਾਂ ਦੇ ਆਪਣੇ ਜੋ ਮੁਲਾਜ਼ਮ ਨੇ ਉਹਨਾਂ ਦੀ ਜੋ ਕਲਾਸਾਂ ਉੱਥੇ ਵੀ ਉਹਨਾਂ ਨੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਇਹ ਕਿੰਨੇ ਦਿਨ ਚੱਲੇਗੀ ਕਲਾਸਾਂ ਦੀ ਇਹ ਤਕਰੀਬਨ ਅਜੇ ਸਾਨੂੰ 15 ਕੁ ਦਿਨ ਹੋਰ ਅਸੀਂ ਕਲਾਸਾਂ ਲਗਾਤਾਰ ਲਵਾਂਗੇ ਤਾਂ ਕਿ ਇਹਨਾਂ ਦੋ ਵਾਰੀ ਅਸੀਂ ਟੈਸਟ ਲਿਆ ਜਾਏਗਾ ਇੱਕ ਵਾਰੀ ਪਹਿਲਾਂ ਟੈਸਟ ਹੋਏਗਾ ਉਸ ਤੋਂ ਬਾਅਦ ਫਿਰ ਕਲਾਸ ਲਗਾ ਕੇ ਇੱਕ ਵਾਰੀ ਫਿਰ ਇਹਨਾਂ ਦਾ ਟੈਸਟ ਲਿਆ ਜਾਏਗਾ ਤਾਂ ਜੋ ਇਹ ਸਾਨੂੰ ਪਤਾ ਲੱਗ ਸਕੇ ਵੀ ਜਿਹੜੀ ਸਾਡੀ ਕਾਮਯਾਬੀ ਕਿੱਥੇ ਤੱਕ ਹੋਈ ਆਵਾਜ਼ ਕਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।